थैंक यू। जद इको ही साई दे असी बंदे दोस्तो, जद इको ही साई दे असी बंदे दोस्तो, कातों कर दे अजीब जहे धंधे दोस्तो, जद इको ही साई दे असी बंदे दोस्तो, किते गोलियां चलावो किते नशे बरतावो, किते गोलियां चलावो किते नशे बरतावो, रोज़ धर्मां दे कर दे भी दंगे दोस्तो, जद इको ही साई दे असी बंदे दोस्तो, कातों कर दे अजीब जहे धंधे दोस्तो, कातों कर दे अजीब जहे धंधे दोस्तो। हर सजरी सवेर लोकी दिंदे ने दहाइयां, हर चढ़दी सवेर लोकी दिंदे ने दहाइयां, इन्हां धर्मां ने धरती ते भाजड़ां पवाइयां। हर चढ़दी सवेर लोकी दिंदे ने दहाइयां, इन्हां धर्मां ने धरती ते भाजड़ां पवाइयां। करो हत्थां दी किरत बणो चंगे दोस्तो, जद इको ही साई दे असी बंदे दोस्तो, कातों कर दे अजीब जहे धंधे दोस्तो, जद इको ही साई दे असी बंदे दोस्तो। जिहड़े देश की मिट्टी नूं असी मत्थे नाल लाउंदे, जिहड़े देश की मिट्टी नूं चुम मत्थे नाल लाउंदे, उस देश की मिट्टी नूं तुसी हड़ां च हड़ाउंदे। जिहड़े देश की मिट्टी नूं असी मत्थे नाल लाउंदे, उस देश की मिट्टी नूं तुसी हड़ां च हंडाउंदे। होवो दिलां दे करीब बणो बंदे दोस्तो, कातों कर दे अजीब जहे धंधे दोस्तो, जद इको ही साई दे असी बंदे दोस्तो, कातों कर दे अजीब जहे धंधे दोस्तो। दोस्तो, इन्हां लाइनां नाल अपना पंजाब की टीम वालों थोड़ा सारयां दा स्वागत जी। तुहानू सत श्री अकाल, नमस्कार, आदाब। मेरे नाल साडे बंबे दे लैजेंड दीपक ग्रेवाल जी, इन्हां नूं तां तुसीं किसी आई डी दे जां किसी उहदे कहण किसी चीज़ के मुहताज नहीं है। ये अपने आप ही एक वक्री आई डी ने जी। इन्हां ने 40 साल एक एक मिनट अपना बंबे नूं दिता जी, बहुत कुछ सीख्या, बहुत कुछ हंडाया। तो मेरे नाल बैठे ने दीप साहब जी, पहला दर्शकों के रूबरू होवो सर जी। वाह बॉबी साहब, अज तां तुसीं जिहड़ियां लाइनां सुनाईयां, पूरा पंजाब पूरा मुल्क याद आ गया। बहुत वधिया, बहुत वधिया। और बाकी अपना पंजाब देखण वाले अपने भैण भरा, उन्हां दा मैं शुक्रगुजार हाँ। और अज मेरा ख्याल है बॉबी साहब, परमात्मा करे तो मेरा दिल कहिंदा कि अज आपां कुछ अपने मुल्क दे पंजाब दे कुछ गाने सुनाइए। दीप साहब, अज कोई पहला आपां दर्शकां दा एंटरटेनमेंट करो, गीत लाओ कोई वधिया जिहा। हाँ, और जिहड़ा तुहानूं बहुत पसंद है पहले मैं उह लगा लाओ जी। लाओ प्लीज़। ओके, मेरी पसंद दे लाओ जी। थैंक यू जी। लख बार में तेरे सदके नी,
ਕਿਆ ਵਾ ਦੀਪ ਸਾਹਿਬ, ਜਦੋਂ ਤੁਸੀਂ 10-12 ਸਾਲ ਦੇ ਸੀ ਜਦੋਂ ਪਿੰਡ ਛੱਡਿਆ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਬਈ 10-12 ਸਾਲ ਦੀ ਉਮਰ ਦੇ ਵਿੱਚ ਤਾਂ ਬੱਚੇ ਨੂੰ ਹਜੇ ਨਾ ਨਾ ਝੱਗਾ ਹੀ ਚੱਜ ਨਾਲ ਪਾਉਣਾ ਆਉਂਦਾ ਹੁੰਦਾ, ਨਾ ਨੀਕਰੀ ਬੰਨਣੀ ਆਉਂਦੀ ਹੁੰਦੀ ਆ, ਪਰ ਤੁਸੀਂ ਪਿੰਡ ਦਾ ਵਿਰਸਾ ਸਮੇਟ ਕੇ ਆਪਣੇ ਨਾਲ ਕਲਕੱਤੇ ਵੱਲ ਨੂੰ ਤੁਰ ਪਏ, ਬੰਬੇ ਵੱਲ ਨੂੰ। ਜਿਹੜੀਆਂ ਆਹ ਕਲਮਾਂ ਲਿਖੀਆਂ ਗਈਆਂ ਨੇ, ਇਹ ਰਾਹਾਂ ਦਾ ਅਹਿਸਾਸ ਤੁਸੀਂ ਕਿਵੇਂ ਆਪਣੇ ਆਪ 'ਚ ਇਕੱਠਾ ਕਰਕੇ ਲੈ ਗਏ, ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਤੁਸੀਂ ਕਦੋਂ ਆਪਣੇ ਆਪਣੇ ਇਹ ਚੀਜ਼ਾਂ ਇਹ ਕਲਮਾਂ 'ਤੇ ਉਤਾਰਿਆ। ਕਿਉਂਕਿ 10 ਸਾਲ ਦੀ ਉਮਰ 'ਚ ਤੁਸੀਂ 11 ਸਾਲ ਦੀ 'ਚ ਤਾਂ ਲਿਖਿਆ ਨਹੀਂ ਹੋਣਾ ਇਹ, ਅਤੇ ਕਲਕੱਤੇ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦਾ ਜਿਹੜਾ ਸੰਘਰਸ਼ ਕੀਤਾ ਉਹਦੇ ਵਿੱਚ ਵਿੱਚ ਤੁਸੀਂ ਆਪਣੇ ਪੰਜਾਬ ਨੂੰ ਆਪਣੇ ਮਾਂ ਬਾਪ ਦੀ ਜਿਹੜੀ ਇੱਕ ਤੁਹਾਨੂੰ ਵੱਡੀ ਦੇਣ ਸੀ, ਪਿੰਡ ਦਾ ਤੁਹਾਨੂੰ ਅਹਿਸਾਸ ਸੀ ਤੁਹਾਡਾ, ਤੁਸੀਂ ਕਿੱਥੇ ਸਾਹ ਲਿਆ, ਕਿੱਥੇ ਖੇਲੇ, ਕਿੱਥੇ ਰਾਹ ਤੁਹਾਡੇ ਪੈਰ ਜਲੇ, ਕਿੱਥੇ ਤੁਸੀਂ ਪੱਤਾ ਲੈਣ ਵਾਲੀਆਂ ਨੂੰ ਦੇਖਿਆ ਤੁਹਾਡੀਆਂ ਅੱਖਾਂ ਨੇ, ਕਿੱਥੇ ਕਿਹੜੀਆਂ ਚੀਜ਼ਾਂ ਇੰਨੀਆਂ ਇਕੱਠੀਆਂ ਕਰਕੇ ਤੁਸੀਂ ਕਿੱਧਰ ਨੂੰ ਤੁਰ ਪਏ, ਮੈਨੂੰ ਇਹ ਸਮਝ ਨਹੀਂ ਆ ਰਹੀ ਵੀ ਜੋ ਕੁਛ ਤੁਸੀਂ ਗੀਤ ਦੇ ਵਿੱਚ ਲਿਖਿਆ ਇਹ ਬਹੁਤ ਵੱਡੀਆਂ ਗੱਲਾਂ ਨੇ ਦੀਪ ਸਾਹਿਬ। ਉਹ ਤੁਸੀਂ ਕੋਈ ਇਹ ਤਾਂ ਮੈਂ ਕਹਿ ਨਹੀਂ ਸਕਦਾ ਵੀ ਮੇਰੇ ਵਾਂਗੂ ਕੋਈ ਯੂਨੀਵਰਸਿਟੀ ਪੜ੍ਹੇ ਹੋਏ ਹੋ ਜਾਂ ਕਿਸੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੁਸੀਂ ਬਹੁਤ ਚਿਰ ਲਾਇਆ ਹੋਵੇ, ਪਰ ਪੰਜਾਬੀ ਕਲਚਰ ਤਾਂ ਤੁਹਾਡੀਆਂ ਕਲਮਾਂ ਦੇ ਵਿੱਚ ਐਂ ਉਤਾਰਿਆ ਪਿਆ ਜਿਵੇਂ ਜਿਵੇਂ ਤੁਸੀਂ ਬਹੁਤ ਵੱਡੇ ਇੱਕ ਬੜੇ ਪੰਜਾਬੀ ਦੇ ਬੜੇ ਉਹ ਹੁੰਦੇ ਹੋ ਦੀਪ ਸਾਹਿਬ। ਬਾਬੀ ਸਾਹਿਬ ਪਰਮਾਤਮਾ ਦੀ ਮਿਹਰ ਆ, ਤੁਹਾਡੇ ਇੱਕ ਇੱਕ ਲਫ਼ਜ਼ ਨੇ ਮੈਨੂੰ ਜੋ ਕੁਛ ਮੇਰੇ ਦਿਮਾਗ 'ਚ ਆਇਆ ਜਿਸ ਟਾਈਮ ਮੈਂ ਸਟਰਗਲ ਦੇ ਵਿੱਚ ਸੀਗਾ ਨਾ, ਹਾਂਜੀ ਕੁਛ ਔਕੜਾਂ ਮੇਰੇ ਉੱਤੇ ਆਈਆਂ, ਹਾਂਜੀ ਹਾਂਜੀ, ਇਹ ਫਿਰ ਉਸ ਟਾਈਮ ਮੈਨੂੰ ਪਿੰਡ ਬਹੁਤ ਯਾਦ ਆਇਆ, ਉਸ ਟਾਈਮ ਪਿੰਡਾਂ ਦੀਆਂ ਗਲੀਆਂ, ਉਸ ਮੇਰੇ ਹਾਣੀ, ਉਸ ਟਾਈਮ ਮੈਨੂੰ ਪਰਿਵਾਰ ਬਹੁਤ ਹੀ ਯਾਦ ਆਇਆ। ਮੈਂ ਬੋਬੀ ਸਾਹਿਬ ਅੱਜ ਵੀ ਮੈਂ ਕਹਿੰਦਾ ਆਪਣੇ ਸਾਰੇ ਭੈਣ ਭਰਾਵਾਂ ਨੂੰ, ਹਾਂਜੀ ਹਾਂਜੀ, ਕਿ ਕੋਈ ਦੂਸਰਾ ਦੀਪ ਨਾ ਬਣੇ ਜਿੰਨਾ ਮੈਂ ਠੋਕਰਾਂ ਖਾਧੀਆਂ। ਹਾਂਜੀ ਹਾਂਜੀ, ਜਦ ਤੱਕ ਬੱਚਾ ਅਡਾਰੂ ਨਹੀਂ ਹੋ ਜਾਂਦਾ, ਆਪਣੇ ਪੈਰਾਂ 'ਤੇ ਖੜ੍ਹਾ ਨਹੀਂ ਹੋ ਜਾਂਦਾ ਜੀ, ਉਹ ਆਪਣਾ ਘਰ ਨਾ ਛੱਡੇ।
ਬਾਹਰ ਜਿਹੜੇ ਦਿਨ ਕੱਟਣੇ ਪੈਂਦੇ ਆ ਉਹ ਮੈਨੂੰ ਪਤਾ ਕਿ ਮੈਂ ਕਿੱਦਾਂ ਦਿਨ ਕੱਟੇ ਆ ਉਹ ਮੈਂ ਭੁੱਲ ਨਹੀਂ ਸਕਦਾ ਮੈਂ ਉਹੀ ਨਹੀਂ ਮੈਨੂੰ ਸਮਝ ਆ ਰਹੀ ਵੀ ਜਿਹੜੀਆਂ ਤੁਸੀਂ ਇਹ ਇੱਕ ਇੰਨੀ ਸਟਰਗਲ 'ਚ ਤਾਂ ਬੰਦਾ ਵੈਸੇ ਹੀ ਭੁੱਲ ਜਾਂਦਾ ਜਵਾਕ ਉਹ ਉਮਰ ਦੇ ਵਿੱਚ ਔਰ ਤੁਸੀਂ ਇਹ ਵਿਰਸਾ ਨਾਲ ਆਪਣੇ ਤੋਰੀ ਰੱਖਿਆ ਤੁਸੀਂ ਵਾਕਈ ਸਲੂਟ ਦੇ ਹੋ ਜੀ ਦੀਪ ਸਾਹਿਬ ਬਣਦਾ ਹੀ ਆ ਤੁਹਾਨੂੰ ਸਲਾਮ ਕਰਨਾ ਅਤੇ ਤੁਹਾਡੀ ਰਾਈਟਰ ਨੂੰ ਤੁਹਾਡੀ ਪੰਜਾਬੀ ਕਲਮ ਨੂੰ ਤੁਸੀਂ ਪੰਜਾਬੀ ਸੱਭਿਆਚਾਰ ਨੂੰ ਕਿੰਨਾ ਆਪਣੇ ਇਹਦੇ ਵਿੱਚ ਸਾਂਭ ਕੇ ਰੱਖਿਆ ਕਲਮਾਂ 'ਚ ਔਰ ਤੁਸੀਂ ਪੱਤਾ ਦੇਖੋ ਤੁਸੀਂ ਜਦੋਂ ਰੋਟੀ ਲੈ ਕੇ ਜਾਂਦੇ ਨੇ ਖੂਹਾਂ 'ਤੇ ਨੂੰ ਲੋਕ ਫਿਰ ਧਾਰਾਂ ਕੱਢਣ ਵਾਲੀਆਂ ਦੇਖੋ ਤੁਸੀਂ ਥੋੜ੍ਹੀਆਂ ਇਹ ਨਜ਼ਰਾਂ ਮੈਨੂੰ ਨਹੀਂ ਸਮਝ ਆਈ ਵੀ ਕੀ ਪੜ੍ਹ ਕੇ ਲੈ ਗਈਆਂ ਉੱਥੋਂ ਕੀ ਲਿਖ ਕੇ ਲੈ ਗਈਆਂ ਆਪਦੇ ਨਾਲ ਬੋਬੀ ਸਾਹਿਬ ਪੱਠੇ ਮੈਂ ਕੁਤਰੇ ਵੱਡੇ ਖੇਤਾਂ ਦੇ ਵਿੱਚ ਰਹੇ ਅੰਬਾਂ 'ਤੇ ਚੜ੍ਹੇ ਸਾਰਾ ਸਾਰਾ ਦਿਨ ਖਦਵਾਣੇ ਖਰਬੂਜੇ ਖੇਤਾਂ ਤੋਂ ਤੋੜਦੇ ਸੀਗੇ ਫਿਰ ਹਲ ਵਗਦੇ ਸੀਗੇ ਹਰ ਚੀਜ਼ ਦੇਖੀ ਮਤਲਬ ਮੇਰੀਆਂ ਭੈਣਾਂ ਪਰ ਜਿਹੜੇ ਉਹ ਚੀਜ਼ ਤਾਂ ਮੰਨਦੇ ਹੋ ਨਾ ਤੁਸੀਂ ਵੀ 11-12 ਸਾਲ ਦੀ ਉਮਰ ਦੇ ਵਿੱਚ ਜਾਂ 13 ਦੀ ਜਦੋਂ ਤੁਸੀਂ ਗਏ ਹੋ ਪਰ ਉਹ ਚੀਜ਼ਾਂ 'ਚ ਇਹ ਖਿਆਲ ਰੱਖਣ ਵਾਲੀਆਂ ਤਾਂ ਇੰਨੀਆਂ ਹੁੰਦੀਆਂ ਨੇਗੀਆਂ ਤਾਂ ਇੱਕ ਉਹ ਤਾਂ ਉਮਰ ਇਹੋ ਜਿਹੀ ਹੁੰਦੀ ਹੈ ਜੀ ਉਹ ਤਾਂ ਬੋਬੀ ਸਾਹਿਬ ਇੱਕ ਜਨੂੰਨ ਪੈਦਾ ਹੋ ਗਿਆ ਸੀਗਾ ਹਾਂ ਕਿ ਮੈਂ ਐਕਟਰ ਬਣਨਾ ਹਾਂ ਅਤੇ ਹੋਰ ਕੋਈ ਜਗ੍ਹਾ ਹੈ ਨਹੀਂ ਸੀਗੀ ਕਲਕੱਤੇ ਮੇਰੀ ਭੈਣ ਸੀਗੀ ਅੱਛਾ ਜੀ ਕਿਸੇ ਤਰ੍ਹਾਂ ਮਿੰਨਤਾਂ ਸ਼ਿੰਤਾਂ ਕਰਕੇ ਉਹਦੇ ਨਾਲ ਉੱਥੇ ਚਲ ਗਿਆ ਮਾਮੇ ਮੇਰਾ ਕੋਈ ਨਹੀਂ ਸੀਗਾ ਦੇਖੋ ਤੁਸੀਂ ਮਦਰਾਸ ਦੇ ਵਿੱਚ ਮੇਰਾ ਕੋਈ ਨਹੀਂ ਸੀਗਾ ਕਿ ਜਿੱਥੇ ਮੈਂ ਜਾ ਕੇ ਕੰਮ ਕਰਦਾ ਔਰ ਜਿਸ ਬੰਦੇ ਨੇ ਮੈਨੂੰ ਦੱਸਿਆ ਸੀਗਾ ਉਹਨੇ ਮੈਨੂੰ ਦੱਸਿਆ ਕਿ ਇਹ ਜਿਹੜਾ ਕੰਮ ਹੈਗਾ ਆ ਇਹਨਾਂ ਸ਼ਹਿਰਾਂ 'ਚ ਹੁੰਦਾ ਅਤੇ ਪਹਿਲਾ ਹੀ ਸਫ਼ਰ ਮੇਰਾ ਕਲਕੱਤੇ ਦਾ ਸੀਗਾ ਅੱਛਾ ਜੀ ਉੱਥੇ ਫਿਰ ਕਾਫ਼ੀ 16 ਸਾਲ ਮੈਂ ਕੱਟੇ ਉਸ ਤੋਂ ਬਾਅਦ ਫਿਰ ਜਿਸ ਟਾਈਮ ਫਿਲਮਾਂ ਮਿਲ ਗਈਆਂ ਮੈਨੂੰ ਉਸ ਤੋਂ ਬਾਅਦ ਫਿਰ ਮੈਂ ਬੰਬੇ ਆਇਆ ਮੈਂ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਵੀ ਜਿਹੜੇ ਤੁਹਾਡੇ ਬੱਚੇ 12-13 ਸਾਲ ਦੇ ਜਾਂ 10 ਸਾਲ ਦੇ ਜਾਂ 5 ਸਾਲ ਦੇ ਨੇ ਤੁਸੀਂ ਉਹਨਾਂ ਨੂੰ ਬੱਚੇ ਨਾ ਦੋਸਤੋ ਸਮਝੋ ਕਿਉਂਕਿ ਉਹਨਾਂ ਦੇ ਅੰਦਰਲੇ ਇੱਕ ਜਿਹੜੀ ਆਹੀ ਜੀ ਅੱਖ ਖੁੱਲ੍ਹੀ ਭਗਵਾਨ ਦੇ ਮਹਾਰਾਜ ਦੀ ਕਿਰਪਾ ਦੇ ਨਾਲ ਖੁੱਲ੍ਹੀ ਹੁੰਦੀ ਆ ਉਹ ਉਹਦੇ 'ਤੇ ਲਿਖਦਾ ਹੀ ਚਲੇ ਜਾਂਦਾ ਤੁਸੀਂ ਕੀ ਉਹਨੂੰ ਮਾੜਾ ਬੋਲਦੇ ਹੋ ਕੀ ਚੰਗਾ ਬੋਲਦੇ ਹੋ ਤੁਸੀਂ ਕਿੰਨਾ ਪਿਆਰ ਕਰਦੇ ਹੋ ਉਹਨੂੰ ਇਹ ਚੀਜ਼ਾਂ ਬੜੀਆਂ ਸੰਭਲ ਕੇ ਉਹਨਾਂ ਦੇ ਸਾਹਮਣੇ ਤੁਸੀਂ ਮੈਨੂੰ ਲੱਗਦਾ ਵੀ ਲਿਆਉਣੀਆਂ ਚਾਹੀਦੀਆਂ ਨੇ ਕਿਤੇ 19-21 ਹੋਵੇ ਘਰ ਦੇ ਵਿੱਚ ਜਾ ਤੁਸੀਂ ਕਿਵੇਂ ਖਾਂਦੇ ਪੀਂਦੇ ਉਹ ਵਾਤਾਵਰਨ ਤੁਹਾਡਾ ਉਹ ਰਿਕਾਰਡ ਕਰਦਾ ਚਲੇ ਜਾਂਦਾ ਜੀ ਬੱਚੇ ਦਾ ਫੈਮਿਲੀ ਹੈ ਜੀ ਬਾਬੀ ਸਾਹਿਬ ਮੇਰੇ ਖਿਆਲ ਦੇ ਵਿੱਚ ਨਾ ਜ਼ਿਆਦਾ ਦੋਸ਼ ਹੁੰਦਾ ਮਾਂ ਬਾਪ ਦਾ ਜੀ ਅਗਰ ਬੱਚੇ ਨੂੰ ਪਿਆਰ ਦੇ ਨਾਲ ਘਰ ਦੇ ਵਿੱਚ ਰੱਖਿਆ ਹੋਵੇ ਤੱਤੀ ਬਾਂਹ ਨਾ ਲੱਗਣ ਦਿੱਤੀ ਹੋਵੇ ਉਹਨੂੰ ਚੰਗੀ ਮੱਤ ਦਿੱਤੀ ਹੋਵੇ ਮੇਰਾ ਖਿਆਲ ਹੈ ਨਿਆਣਾ ਵਿਗੜ ਨਹੀਂ ਸਕਦਾ ਸਾਰਿਆਂ ਨੂੰ ਪਹਿਲੀ ਪੜ੍ਹਾਈ ਤਾਂ ਬੱਚਾ ਘਰ 'ਚੋਂ ਹੀ ਸਿੱਖਦਾ ਜੀ ਮਾਂ ਬਾਪ ਤੋਂ ਹੀ ਬਿਲਕੁਲ ਉਹੀ ਉਹਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਕੰਮ ਆਉਂਦੀ ਹੈ ਜੀ ਜਿੰਨਾ ਅਸੀਂ ਉਹਦੇ ਚਿੱਤਰ ਮਾਰਦੇ ਘਰੋਂ ਬਾਹਰ ਕੱਢ ਦਿੰਦੇ ਹਾਂ ਗੰਦ ਬੋਲਦੇ ਹਾਂ ਬਲਾਸਟ ਹੋ ਜਾਂਦਾ ਉਹ ਡੈਮੇਜ ਕਰ ਦਿੰਦਾ ਜੀ ਬਸ ਬਸ ਉਹ ਤੁਹਾਨੂੰ ਮੈਂ ਦੱਸਦਾ ਉਹ ਬੱਚੇ ਨੂੰ ਡੈਮੇਜ ਕਰ ਦਿੰਦਾ ਉਹ ਫਿਰ ਉਹਦੇ ਘਰ ਘਰ ਜਾਂਦੀਆਂ ਗੱਲਾਂ ਫਿਰ ਉਹ ਜਿਹੜਾ ਸਰੀਰ ਆ ਉਹ ਕੁੱਟਮਾਰ ਸਹਿੰਦਾ ਉਹ ਕਿਤੇ ਨਾ ਕਿਤੇ ਮਤਲਬ ਉਹ ਫਿਰ ਉਸ ਟਾਈਮ ਬੜਾ ਬਹੁਤ ਸੈਂਸਿਟਿਵ ਦਿਮਾਗ ਹੁੰਦਾ ਬੱਚੇ ਦਾ ਉਹਦੇ ਸਾਹਮਣੇ ਤਾਂ ਘੂਰੀ ਬੱਟਣੀ ਵੀ ਮਾਰਨਾ ਤਾਂ ਬਹੁਤ ਵੱਡੀਆਂ ਗੱਲਾਂ ਨੇ ਘੂਰੀ ਬੱਟਣੀ ਵੀ ਉੱਚੇ ਬੋਲ 'ਚ ਗੱਲ ਵੀ ਕਰਨੀ ਮੇਰਾ ਖਿਆਲ ਆਪਾਂ ਨੂੰ ਦੋਸਤੋ ਨਹੀਂ ਚਾਹੀਦੀ ਕਿਉਂਕਿ ਇਦੋਂ ਵੱਡੀ ਕੀਮਤੀ ਜ਼ਿੰਦਗੀ ਦੇ ਵਿੱਚ ਆਪਣੇ ਕੋਲ ਕੁਛ ਨਹੀਂ ਹੁੰਦਾ ਇੱਕ ਪਰਿਵਾਰ ਬੱਚੇ ਹੀ ਹੁੰਦੇ ਨੇ ਜਿਹਨਾਂ ਨੂੰ ਅਸੀਂ ਪਿਆਰ ਕਰ ਕਰਕੇ ਇੱਕ ਇਹੋ ਜਿਹਾ ਸੋਹਣਾ ਬੂਟਾ ਪੈਦਾ ਕਰ ਸਕਦੇ ਹਾਂ ਕਿ ਜਿਹਦੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੁਹਾਨੂੰ ਛਾਂ ਮਿਲਦੀ ਆ ਫਿਰ ਤੁਸੀਂ ਸਾਰਾ ਪਰਿਵਾਰ ਆਨੰਦ ਲੈਂਦਾ ਜੀ ਬਿਲਕੁਲ ਇਹ ਚੀਜ਼ਾਂ ਦਾ ਬੜਾ ਖਿਆਲ ਰੱਖਣਾ ਉੱਚਾ ਨੀਵਾਂ ਬੋਲਣਾ ਲੜਾਈ ਝਗੜੇ ਇਹਨਾਂ ਚੀਜ਼ਾਂ ਤੋਂ ਬਹੁਤ ਬੱਚਿਆਂ ਨੂੰ ਦੂਰ ਰੱਖਣਾ ਚਾਹੀਦਾ ਮੈਂ ਤਾਂ ਇਹੀ ਕਹੂੰਗਾ ਜਿਹੜੇ ਹਿਸਾਬ ਨਾਲ ਦੀਪ ਸਾਹਿਬ ਨੇ ਆਪਣੇ ਕਲਮਾਂ 'ਚ ਪੰਜਾਬ ਦਾ ਇੰਨਾ ਪਿਆਰ ਦਿਖਾਇਆ ਆਪਣੇ ਪਰਿਵਾਰ ਦਾ ਦਿਖਾਇਆ ਆਪਣੇ ਪਿੰਡ ਦਾ ਦਿਖਾਇਆ ਅੱਜ ਤੱਕ ਵੀ ਇਹ ਉਹ ਦੇਖੋ ਤੁਸੀਂ ਇਹਨਾਂ ਦੇ ਨੈਣਾਂ ਦੇ ਵਿੱਚ ਰੜਕਦਾ ਉਹ ਹਰ ਥਾਂ 'ਤੇ ਹਰ ਸਟੇਜ 'ਤੇ ਕੋਸ਼ਿਸ਼ ਕਰਦੇ ਰਹਿੰਦੇ ਨੇ ਵੀ ਮੈਂ ਆਪਣੇ ਮਨ ਦੀਆਂ ਗੱਲਾਂ ਕਰ ਸਕਾਂ ਦਰਸ਼ਕਾਂ ਨਾਲ ਬੋਬੀ ਸਾਹਿਬ ਪਿੰਡ ਨਹੀਂ ਮੈਨੂੰ ਭੁੱਲਦੇ ਉਹ ਗਲੀਆਂ ਨਹੀਂ ਭੁੱਲਦੀਆਂ ਬੋਰਡ ਪਿੱਪੜ ਨਹੀਂ ਭੁੱਲਦੇ ਹਾਂਜੀ ਹਾਂਜੀ ਜਿੱਥੇ ਅਸੀਂ ਸਾਰਾ ਸਾਰਾ ਦਿਨ ਕੱਟ ਦਿੰਦੇ ਸੀ ਜਿਹੜਾ ਭੁੱਖ ਲੱਗਦੀ ਸੀਗੀ ਘਰ ਨੂੰ ਆਉਂਦੇ ਸੀਗੇ ਤੁਸੀਂ ਵਾਕਈ ਇੱਕ ਵਫ਼ਾਦਾਰ ਆਪਣੇ ਪਿੰਡ ਦੇ ਆਪਣੇ ਭਾਸ਼ਾ ਦੇ ਆਪਣੇ ਪੰਜਾਬ ਦੇ ਦੀਪ ਸਾਹਿਬ ਨਹੀਂ ਭੁੱਲਦਾ ਮੈਂ ਅੱਜ ਤੁਸੀਂ ਬਹੁਤ ਵੱਡੀ ਦੇਣ ਦਿੱਤੀ ਆ ਜਿਹੜੇ ਉਹਨਾਂ ਨੂੰ ਲਫ਼ਜ਼ਾਂ 'ਚ ਉਤਾਰਿਆ ਆਪਣੇ ਪਿੰਡ ਨੂੰ ਉਤਾਰਿਆ ਆਪਣੇ ਪਰਿਵਾਰ ਨੂੰ ਉੱਥੇ ਦੇ ਲੋਕਾਂ ਨੂੰ ਕਿੰਨਾ ਇਹ ਮੋਹ ਆ ਪਿਆਰ ਆ ਜੀ ਇਹ ਬਿਲਕੁਲ ਦੇਖੋ ਤੁਸੀਂ ਉਸ ਜੀ ਉਮਰ ਦੇ ਵਿੱਚ ਪਿਆਰ ਦਾ ਜਦੋਂ ਕੋਈ ਮਤਲਬ ਪਤਾ ਹੀ ਨਹੀਂ ਹੁੰਦਾ ਬੱਚੇ ਨੂੰ ਵੀ ਮੈਨੂੰ ਇਹ ਪਿਆਰ ਇਹਦੇ ਮੀਨਿੰਗ ਕੀ ਹੁੰਦੇ ਨੇ ਚੰਗਾ ਕੀ ਆ ਮਾੜਾ ਤੁਸੀਂ ਕਿਤਾਬਾਂ ਲਿਖ ਕੇ ਆਪਣੇ ਨਾਲ ਲੈ ਗਏ ਆਪਣੇ ਦਿਮਾਗ ਦੇ ਵਿੱਚ ਸੋਹਣੀਆਂ ਸੋਹਣੀਆਂ ਯਾਦਾਂ ਆਪਣੇ ਪਿੰਡ ਦੀਆਂ ਨਾਲ ਲੈ ਗਏ ਤੁਸੀਂ ਇੱਕ ਗੀਤ ਨਹੀਂ ਬਹੁਤ ਗੀਤ ਲਿਖੇ ਨੇ ਮੈਂ ਕਹਿੰਦਾ ਇੱਕ ਅੱਧਾ ਹੋਰ ਸਾਂਝਾ ਹੋਵੇ ਦੀਪ ਸਾਹਿਬ ਬਿਲਕੁਲ ਬਿਲਕੁਲ ਪਲੀਜ਼ ਕਰੋ ਤਾਂ ਅੱਜ ਮੈਂ ਉਹੀ ਪੰਜਾਬ ਦਾ ਗੀਤ ਤੁਹਾਨੂੰ ਹੋਰ ਸੁਣਾਉਂਗਾ ਮੈਂ
ਉਤਦੀ ਸੁਣਾਉਣ ਦਾ ਮਜ਼ਾ ਆਉਂਦਾ ਬਾਬੀ ਸਾਹਿਬ ਜਿਸ ਟਾਈਮ ਬੰਦਾ ਨਾ ਹਾਂਜੀ ਹਾਂਜੀ ਸੁਣਨ ਵਾਲਾ ਅੱਗਿਓਂ ਸਹੀ ਹੋਵੇ ਹਾਂਜੀ ਦੀਪ ਸਾਹਿਬ ਆਪਾਂ ਦਰਸ਼ਕਾਂ ਨਾਲ ਤੁਹਾਡੇ ਗੀਤ ਸਾਂਝੇ ਕਰਨੇ ਤੁਹਾਡੇ ਗੀਤ ਸਾਂਝੇ ਕਰਨੇ ਆ ਦਰਸ਼ਕਾਂ ਨਾਲ ਬਿਲਕੁਲ 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 ਇਹ ਜ਼ਿੰਦਗੀ ਦਾ ਮੇਰਾ ਪਹਿਲਾ ਗਾਣਾ ਹੈ ਕਿਆ ਬਾਤ ਇਸ ਤੋਂ ਸ਼ੁਰੂਆਤ ਹੋਈ ਇਹ ਮੇਰਾ ਪਹਿਲਾ ਗਾਣਾ ਅੱਛਾ ਜੀ ਸ਼ਹਿਰ ਤੋਂ ਹੁਣ ਡਰ ਲੱਗਦਾ ਹੈ ਤੇਰੇ ਸ਼ਹਿਰ ਤੋਂ ਹੁਣ ਡਰ ਲੱਗਦਾ ਹੈ ਡਰ ਲੱਗਦਾ ਯਾਰਾ ਡਰ ਲੱਗਦਾ ਹੈ ਮੈਨੂੰ ਤੇਰੇ ਪਿਆਰ ਉੱਤੇ ਹੁਣ ਸ਼ੱਕ ਲੱਗਦਾ ਸ਼ਹਿਰ ਤੋਂ ਹੁਣ ਡਰ ਲੱਗਦਾ ਹੈ ਤੇਰੇ ਸ਼ਹਿਰ ਤੋਂ ਹੁਣ ਡਰ ਲੱਗਦਾ ਹੈ ਮੁੜ ਦਿੱਤੇ
मोड़ दित्ती तोल के जेड़े सी हक तेरे मोड़ दित्ते तोल के बीत गया आज कल की करदा है तेरे शहर तो हुण डर लगदा है तेरे शहर तो हुण डर लगदा है सी रिश्ता तेरा केड़ा हुन रह गया केड़ा सी रिश्ता तेरा केड़ा हुन रह गया दीप गया तेरे लिए मर लगदा है तेरे शहर तो हुण डर लगदा है तेरे शहर तो हुण डर लगदा है क्या बात है दीप साहब क्या बात है आज भी दीप साहब जो कि शहर चो गुजरते होवोगे कंपनी का फिर भी चढ़ती होनी है जिस वक्त कोई अपना होंगे ना वो भावे उजाड़ हो जो कोई होंगे ना उजाड़ जड़ी है वो भी बहुत प्यारी लगती है एहसास थोड़े होंगे ने बिल्कुल कहते ਹਾਕਾ ਮਾਰਦੇ ਰਹੇ ਸੀ ਕੋਠੇ ਉੱਤੇ ਚੜ੍ਹ ਕੇ ਕੋਈ ਸੁਣ ਲੈ ਹਵਾ ਦਾ ਬੁੱਲਾ ਸਾਨੂੰ ਖੜ ਕੇ ਹਾਕਾ ਮਾਰਦੇ ਰਹੇ ਸੀ ਕੋਠੇ ਉੱਤੇ ਚੜ੍ਹ ਕੇ ਕੋਈ ਸੁਣ ਲੈ ਹਵਾ ਦਾ ਬੁੱਲਾ ਸਾਨੂੰ ਖੜ ਕੇ ਇੱਕ ਮੁੜੀ ਸੀ ਆਵਾਜ਼ ਜੋ ਅਸੀਂ ਹਵਾ ਵਿੱਚ ਮਾਰੀ ਇੱਕ ਪਿੱਛੇ ਮੁੜੀ ਸੀ ਆਵਾਜ਼ ਜੋ ਅਸੀਂ ਹਵਾ ਵਿੱਚ ਮਾਰੀ ਪੈ ਗਈ ਉਹਦਿਆਂ ਕੰਨਾਂ 'ਚ ਉਹਦੇ ਨੈਣ ਤੜਫੇ ਕਦ ਮਿਲੇਗਾ ਤੂੰ ਦੀਪ ਸਾਨੂੰ ਪਿੱਛੇ ਹੜ ਕੇ ਕੋਈ ਸੁਣ ਲੈ ਹਵਾ ਦਾ ਬੁੱਲਾ ਸਾਨੂੰ ਖੜ ਕੇ ਹਾਕਾਂ ਮਾਰਦੇ ਰਹੇ ਸੀ ਕੋਠੇ ਉੱਤੇ ਚੜ੍ਹ ਕੇ ਦੀਪ ਸਾਹਿਬ ਤੁਹਾਡੇ ਕੰਨ ਅਜੇ ਵੀ ਡੀਕਦੇ ਰਹਿੰਦੇ ਨੇ ਕੁਛ ਆਵਾਜ਼ਾਂ ਨੂੰ ਔਰ ਤੁਸੀਂ ਵੀ ਸਾਈਲੈਂਸ ਆਵਾਜ਼ਾਂ ਦਿੰਦੇ ਰਹਿੰਦੇ ਹੋ ਆਪਣੇ ਪਿਆਰ ਨੂੰ ਕਿਸੇ ਨਾ ਕਿਸੇ ਪਾਸਿਓ ਉਸ ਦਿਨ ਮੈਂ ਉਹ ਬੱਚੇ ਦੀ ਗੱਲ ਨਹੀਂ ਸੁਣਾਈ ਸੀ ਹਾਂਜੀ ਇਕੱਲਾ ਅੰਦਰ ਸੀਗਾ ਹਾਂਜੀ ਉਹ ਘਬਰਾ ਗਿਆ ਕਿ ਮੇਰੇ ਕੋਲ ਕੋਈ ਹੈ ਨਹੀਂ ਹੈ ਨਹੀਂ ਹੈ ਬਿਲਕੁਲ ਔਰ ਇਹੀ ਗਾਣਾ ਜਿਹੜਾ ਸੀਗਾ ਕੋਈ ਆਪਣਾ ਸੀਗਾ ਜਿਹੜਾ ਦੂਰ ਹੋ ਗਿਆ ਹਾਂਜੀ ਮਤਲਬ ਆਪਣਪਨ ਵਾਲੀ ਗੱਲ ਹੀ ਨਾ ਰਹੀ ਅਤੇ ਉੱਥੋਂ ਫਿਰ ਉਹ ਜਗ੍ਹਾ ਤੋਂ ਸ਼ਹਿਰ ਤੋਂ ਫਿਰ ਉਹ ਡਰ ਲੱਗਣ ਲੱਗਿਆ ਯਾਰ ਇੱਥੇ ਆਪਣਾ ਕੋਈ ਨਹੀਂ ਕੋਈ ਨਹੀਂ ਗਾ ਦੀਪ ਇੱਥੋਂ ਬਚ ਕੇ ਨਿਕਲ ਜਾ ਨਹੀਂ ਤਾਂ ਇਸ ਰਸਤੇ ਨਹੀਂ ਜਾਣਾ ਪਰ ਜਿਹੜੇ ਆ ਤੁਸੀਂ ਗੀਤ ਵੀ ਲਾਉਂਦੇ ਹੋ ਜਾਣੀ ਇਹਦੇ 'ਚੋਂ ਅੱਜ ਵੀ ਤੁਹਾਡੀਆਂ ਆਵਾਜ਼ਾਂ ਸਾਈਲੈਂਸ ਜਾਂਦੀਆਂ ਨਜ਼ਰ ਆਉਂਦੀਆਂ ਨੇ ਜੀ ਬਿਲਕੁਲ ਬਈ ਮੂਮੈਂਟ ਉਹੀ ਆ ਉਹੀ ਉਹੀ ਪਲ ਨੇ ਉਹੀ ਗੱਲਾਂ ਨੇ ਪਰ ਵਕਤ ਬਹੁਤ ਗੁਜ਼ਰ ਗਏ ਨੇ ਦੋਸਤੋ ਮਤਲਬ ਇਹ ਚੀਜ਼ਾਂ ਕਦੇ ਮਰਦੀਆਂ ਨਹੀਂ ਗੀਆਂ ਜੇ ਤੁਸੀਂ ਕਿਸੇ ਨੂੰ ਮਨ ਦੇ ਵਿੱਚ ਉਤਾਰ ਲੈਂਦੇ ਹੋ ਆਪਣੀ ਰੂਹ 'ਚ ਉਤਾਰ ਲੈਂਦੇ ਹੋ ਉਹ ਕਿਸੇ ਪਲ ਵੀ ਤੁਹਾਡੇ ਨਾਲ ਆ ਕੇ ਤੁਹਾਡੀ ਸਾਈਡ 'ਤੇ ਖੜ੍ਹ ਜਾਂਦੀਆਂ ਨੇ ਤੁਹਾਨੂੰ ਤੁਹਾਡਾ ਹਾਲ ਚਾਲ ਪੁੱਛਦੀਆਂ ਨੇ ਔਰ ਤੁਸੀਂ ਦੱਸਦੇ ਰਹਿੰਦੇ ਹੋ ਉਹ ਸਮਾਂ ਮੁੱਕਦਾ ਵੀ ਹੈ ਨਹੀਂ ਗਾ ਅਤੇ ਉਹੀ ਉਹੀ ਦੀਪ ਸਾਹਿਬ ਦੇ ਗਾਣਿਆਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਅਤੇ ਦੀਪ ਸਾਹਿਬ ਬਹੁਤ ਬਹੁਤ ਵਧੀਆ ਕਲਮ ਨੇ ਲਿਖੀਆਂ ਹੋਈਆਂ ਚੀਜ਼ਾਂ ਨੇ ਅਤੇ ਅੱਜ ਫਿਰ ਆਪਾਂ ਦਰਸ਼ਕਾਂ ਦਾ ਐਂਟਰਟੇਨਮੈਂਟ ਗਾਣਿਆਂ ਨਾਲ ਹੀ ਕਰਨਾ ਜੀ ਬਿਲਕੁਲ 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 ਅਤੇ ਗਾਣਾ ਵਾਲਾ ਗੀਤ ਕਿਹੜਾ ਚੂਜ਼ ਕੀਤਾ ਜੀ ਫਿਰ ਹੁਣ ਗਾਣਾ ਤਾਂ ਬਹੁਤ ਸੋਹਣਾ
ਮੇਰਾ ਲਿਖਿਆ ਹੈ, ਮੇਰਾ ਗਾਇਆ ਆ। ਛੋਟੀ ਤੁਹਾਡਾ ਮਤਲਬ ਉਹ ਹੁਣ ਮੈਂ ਗਾਣਾ ਆਪਣੇ ਪੰਜਾਬ ਦੀ ਗੂੰਜ ਦੇ ਉੱਤੇ ਮੈਂ ਲਾਇਆ। ਅੱਛਾ ਜੀ। ਆਪਣੇ ਦੀਪਕ ਕੁਲਦੀਪ ਸਾਹਿਬ ਸੀਗੇ। ਹਾਂਜੀ ਹਾਂਜੀ। ਇੱਥੇ ਦੇ ਲੋਕ ਵੀ ਕੁਛ ਇਹੋ ਜਿਹਾ ਸੋਚਦੇ ਨਹੀਂ ਹੈ ਕਿ ਕੀ ਮਤਲਬ ਆ, ਕੀ ਗੱਲ ਆ। ਹਾਂਜੀ ਹਾਂਜੀ। ਗਾਣੇ ਦੇ ਬੋਲ ਆ, ਇਹ ਧਰਤੀ ਪੰਜ ਦਰਿਆਵਾਂ ਦੀ, ਇਹ ਨਗਰੀ ਠੰਡੀਆਂ ਛਾਵਾਂ ਦੀ। ਅੱਛਾ, ਵਾਹ ਜੀ ਵਾਹ, ਕੀ ਬਾਤ। ਉਹ ਉਸੇ ਟਾਈਮ ਫੋਨ ਆ ਗਿਆ, ਅਜੇ ਗਾਣਾ ਲੱਗਾ ਹੀ ਸੀ। ਅੱਛਾ ਜੀ। ਅਤੇ ਪੰਜ ਦਰਿਆ ਤਾਂ ਹੈ ਹੀ ਨਹੀਂ। ਉਹ ਮੈਂ ਕਿਹਾ ਜੋ ਜਿਸ ਟਾਈਮ ਮੈਂ ਲਿਖਿਆ ਉਸ ਟਾਈਮ ਤਾਂ ਸਭ ਕੁਛ ਸੀ ਨਾ। ਮੇਰੇ ਗੀਤਾਂ 'ਚ ਤਾਂ ਅੱਜ ਵੀ ਪੰਜੇ ਦਰਿਆ ਨੇ। ਉਹ ਕਿਤੇ ਅਲੱਗ ਹੋ ਸਕਦੀ ਹੈ ਜ਼ਮੀਨ, ਉਹ ਅਲੱਗ ਹੋ ਸਕਦਾ। ਬਿਲਕੁਲ ਬਿਲਕੁਲ। ਕਰਨ ਵਾਲੇ ਤੁਸੀਂ ਅਸੀਂ ਹਾਂ। ਹਾਂ, ਫਰਕ ਪਾਉਣ ਵਾਲੇ ਤੁਸੀਂ ਅਸੀਂ ਤੁਸੀਂ ਅਸੀਂ। ਇਹ ਜਿਹੜੀ ਤੂੰ ਗੱਲ ਕੀਤੀ ਹੈ, ਇਹ ਫਰਕ ਪਾਉਣ ਵਾਲੇ ਬੰਦਿਆਂ ਦੀਆਂ ਗੱਲਾਂ। ਹਾਂ ਬਿਲਕੁਲ। ਇੱਥੇ ਤੱਕ ਆਪਾਂ ਸੋਚਦੇ ਕਿਉਂ? ਸਾਂਝਾ ਸਾਡੀਆਂ ਤਾਂ ਮਿਟੇ ਨਹੀਂ ਸਕਦੀਆਂ ਦੀਪ ਸਾਹਿਬ, ਜਿਹੜੀਆਂ ਇਹਨਾਂ ਚੀਜ਼ਾਂ 'ਚ ਲਿਖੀਆਂ ਗਈਆਂ ਨੇ। ਬਿਲਕੁਲ। ਇਹ ਰੂਹਾਂ ਦੀਆਂ ਸਾਂਝਾਂ ਨੇ ਦੋਸਤੋ, ਇਹ ਧਰਤੀ ਦੀਆਂ ਸਾਂਝਾਂ ਨਹੀਂ ਹੈਗੀਆਂ, ਇਹ ਕੋਈ ਅਸਮਾਨ ਦੀਆਂ ਸਾਂਝਾਂ ਨਹੀਂ ਹੈਗੀਆਂ, ਤਾਂ ਰੂਹਾਂ ਦੀਆਂ ਸਾਂਝਾਂ ਨੇ। ਨਹੀਂ, ਉਹ ਬੰਦੇ ਆਵਾਜ਼ਾਂ ਨੇ ਇਹ। ਬਿਲਕੁਲ, ਉਹ ਬੰਦੇ ਦਾ ਦਿਮਾਗ ਦੇਖੋ ਤੁਸੀਂ, ਉਹਨੇ ਇਹ ਨਹੀਂ ਸੋਚਿਆ ਕਿ ਹਾਂ ਯਾਰ ਪੰਜ ਦਰਿਆ ਸਾਡੇ ਇੱਥੇ ਹੀ, ਚਾਹੇ ਪਾਕਿਸਤਾਨ 'ਚ ਚਲ ਗਿਆ, ਉਹ ਵੀ ਤਾਂ ਪੰਜਾਬ ਹੀ ਹੈ। ਪੰਜਾਬ ਹੀ ਨੇ ਯਾਰ, ਉੱਥੇ ਵੀ ਇਨਸਾਨ ਹੀ ਵੱਸਦੇ ਨੇ। ਅਲੱਗ ਕਿਉਂ ਸਮਝਦੇ ਹਾਂ, ਕਿਉਂ ਅਲੱਗ ਸਮਝਦੇ ਹਾਂ? ਬਿਲਕੁਲ, ਅਲੱਗ ਕਿਉਂ ਸਮਝਦੇ ਹਾਂ? ਪਾਣੀ ਦੇ ਵਿੱਚ ਕੋਈ ਤਲਵਾਰ ਮਾਰੇ, ਕੋਈ ਲਕੀਰ ਮਾਰੇ, ਕਿਤੇ ਲੀਕ ਪੈ ਬਹਿ ਜਾਂਦੀ ਹੈ। ਮੈਂ ਇਸੇ ਕਰਕੇ ਬੋਬੀ ਸਾਹਿਬ, ਮੈਂ ਨਵਜੋਤ ਸਿੱਧੂ ਸਾਹਿਬ ਦੀ ਬਹੁਤ ਇੱਜ਼ਤ ਕਰਨਾ। ਹਾਂਜੀ ਹਾਂਜੀ ਬਿਲਕੁਲ। ਉਹਨੂੰ ਕਿਸੇ ਦੇ ਨਾਲ ਉਹ ਨਹੀਂ ਹੈ, ਉੱਥੇ ਵੀ ਪਿਆਰ ਹੈ, ਯਾਰ ਦੋਸਤ ਹੈ। ਬਿਲਕੁਲ। ਇੱਥੇ ਵੀ ਆਪਣੇ ਇੱਧਰ ਨਾਲ ਵੀ ਪਿਆਰ ਹੈ, ਉੱਧਰ ਨਾਲ ਵੀ ਪਿਆਰ। ਬਿਲਕੁਲ। ਉਹ ਤਾਂ ਜੋੜ ਯਾਰ, ਕੰਧਾਂ ਪਾਉਣ ਵਾਲੇ, ਬਾੜਾਂ ਕਰਨ ਵਾਲੇ, ਤਾਰਾਂ ਲਾਉਣ ਵਾਲੇ, ਲਕੀਰਾਂ ਪਾਉਣ ਵਾਲੇ। ਹਾਂਜੀ ਬਿਲਕੁਲ ਬਿਲਕੁਲ। ਅਸੀਂ ਹਾਂ, ਅਸੀਂ ਸਾਡੇ ਕਸੂਰ ਨੇ। ਹਾਂ ਬਿਲਕੁਲ, ਅਸੀਂ। ਮੈਂ ਕਿਹਾ ਸੁਧਰ ਜਾਈਏ ਤੇ ਸਾਰੀ ਦੁਨੀਆ ਸੁਧਰ ਜਾਏ। ਦੇਖੋ ਸਰ, ਦੀਪ ਸਾਹਿਬ ਕਿੱਡਾ ਵੱਡਾ ਫਰਿਸ਼ਤਾ ਸਿੱਧੂ ਸਾਹਿਬ ਨੇ, ਚਾਹੇ ਉਹ ਸਿਆਸਤ ਦੇ ਵਿੱਚ ਨੇ, ਅਸੀਂ ਤਾਂ ਫਰਿਸ਼ਤੇ ਹੀ ਕਹਾਂਗੇ, ਜਿਨ੍ਹਾਂ ਨੇ ਜੋੜਨ ਦੀ, ਆਵਾਮ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਫੈਨ ਹਾਂ ਉਸ ਬੰਦੇ ਦਾ। ਹਾਂ, ਬਹੁਤ ਵਧੀਆ ਬੰਦਾ। ਜਿਹੜੀ ਗੱਲ ਉਹ ਕਹਿ ਗਏ ਨੇ, ਉਹ ਆਪਣੇ ਕੱਦ ਨਾਲੋਂ ਕਿਤੇ ਉੱਚੀ ਕਹਿ ਗਏ ਨੇ। ਇਨਸਾਨੀਅਤ ਦੀ ਗੱਲ ਕਰਦੇ ਨੇ ਉਹ, ਸੱਚੇ ਸੌਦੇ ਦੀ ਗੱਲ ਕਰਦੇ ਨੇ। ਤੇ ਉਹ ਲੀਡਰ ਨਹੀਂ ਹੈਗੇ, ਉਹ ਤਾਂ ਇੱਕ ਵਧੀਆ ਸੁਚੱਜੇ ਕਲਾਕਾਰ ਨੇ। ਸੇਵਕ ਹੈ। ਹਾਂ, ਸੇਵਕ ਨੇ ਉਹ, ਸੇਵਕ ਨੇ ਮੁਲਕ ਦੇ। ਉਹ ਸਹੀ ਸ਼ਬਦਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਸੇਵਕ ਨੇ ਉਹ। ਉਹਨਾਂ ਨੇ ਜਿਹੜੀਆਂ ਇਹ ਗੱਲਾਂ ਉਠਾਈਆਂ ਨੇ ਜੋੜਨ ਦੀ, ਆਵਾਮ ਨੂੰ ਦੋਨੋਂ ਪਾਸੇ ਦਾ ਪਿਆਰ ਫੀਲ ਕਰਕੇ, ਉਹ ਉਹਨਾਂ ਨੇ ਕਲਮ ਚੁੱਕਿਆ ਜੀ। ਸਹੀ ਗੱਲ। ਹਾਂ, ਸੱਚੇ ਪਾਤਸ਼ਾਹ ਮੇਰਾ ਕਰੇ, ਉਹਦੀਆਂ ਕਹਾਣੀਆਂ ਉਹਦੇ ਮਨ ਦੀਆਂ ਇੱਛਾਵਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਤੇ ਮੇਰਾ ਖਿਆਲ ਹੈ ਬਾਬੂ ਸਾਹਿਬ, ਇਹ ਗਾਣਾ ਜਿਹੜਾ ਨਾ, ਆਪਾਂ ਬ੍ਰੇਕ ਤੋਂ ਬਾਅਦ ਨਾ ਇਹ ਤੁਹਾਨੂੰ ਮੈਂ ਸੁਣਾਉਂਗਾ। ਹਾਂਜੀ ਹਾਂਜੀ। ਤੇ ਵੈਸੇ ਮੈਂ ਇੱਕ ਤੁਹਾਨੂੰ ਗੱਲ ਸੁਣਾਉਂਦਾ ਕਿ ਮੈਂ ਆਪਣੇ ਰਜਿੰਦਰ ਸੈਣੀ ਸਾਹਿਬ ਜਿਹੜੇ ਹੈਗੇ ਆ, ਹਾਂਜੀ ਹਾਂਜੀ, ਰੇਡੀਓ 'ਤੇ ਬੋਲ ਰਹੇ ਸੀਗੇ, ਹਾਂਜੀ ਪ੍ਰਵਾਸੀ ਵਾਲੇ। ਹਾਂਜੀ, ਕਹਿੰਦੇ ਕਿ ਕੋਈ ਮੁੰਡਾ ਮਾਂ ਬਾਪ ਨੇ ਇੱਥੇ ਭੇਜਿਆ ਸੀਗਾ। ਅੱਛਾ ਜੀ। ਮਤਲਬ ਲੱਖਾਂ ਰੁਪਏ ਲੱਗਦੇ ਆ। ਲੱਗਦੇ ਆ ਜੀ, ਲੱਗਦੇ ਆ ਬਿਲਕੁਲ। ਹੋਰ ਬੰਦਾ ਤਾਂ ਬਰਬਾਦ ਹੋ ਜਾਂਦਾ। ਉਹਨਾਂ ਨੇ ਜ਼ਮੀਨ ਘਰ ਬਾਰ ਵੇਚ ਕੇ ਕਿਸੇ ਨਾ ਕਿਸੇ ਤਰ੍ਹਾਂ ਮੁੰਡੇ ਨੂੰ ਇੱਥੇ ਭੇਜ ਦਿੱਤਾ। ਇਹ ਥੋੜ੍ਹਾ ਚਿਰ ਹੀ ਹੋਇਆ ਸੀ। ਅੱਛਾ ਜੀ। ਉਹ ਕਿਸ ਤਰ੍ਹਾਂ ਮੁੰਡੇ ਦੀ ਡੈਥ ਹੋਈ ਆ, ਨਾ ਉਹ ਉਧਰਲੇ ਰਹੇ ਨਾ ਉਹ ਉਧਰਲੇ ਰਹੇ। ਸੈਣੀ ਸਾਹਿਬ ਕਹਿ ਰਹੇ ਸੀਗੇ ਕਿ ਯਾਰ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਆ। ਹਾਂਜੀ ਹਾਂਜੀ। ਦੱਸੋ, ਬੰਦਾ ਸੋਚਦਾ ਕੁਛ ਹੈ, ਬਾਬੀ ਸਾਹਿਬ ਹੁੰਦਾ ਕੁਛ ਹੈ। ਬਿਲਕੁਲ ਜੀ ਬਿਲਕੁਲ। ਉਹ ਉਹਨਾਂ ਉਹ ਕਦੇ ਵੀ ਉਹ ਪੈਰਾਂ 'ਤੇ ਨਹੀਂ ਆਉਂਦੇ। ਲੱਖ ਮਾਇਆ ਉਹਨਾਂ ਕੋਲ ਆ ਜਾਵੇ, ਲੱਖ ਕੁਛ ਮਿਲ ਜਾਵੇ ਇਹਨਾਂ ਨੂੰ, ਜਿਹੜੀ ਜਿਹੜੀ ਇੱਕ ਉਹਨਾਂ ਦੇ ਬੇਟੇ ਦੀ ਘਾਟ ਪੈ ਗਈ ਲਾਈਫ ਦੇ ਵਿੱਚ, ਉਹ ਪੂਰੀ ਨਹੀਂ ਹੋਈ ਜ਼ਿੰਦਗੀ ਦੇ ਵਿੱਚ, ਇੱਕ ਜ਼ਖਮ ਵੱਡਾ ਬਿਲਕੁਲ ਅੰਦਰ ਪੈਦਾ ਹੋ ਗਿਆ, ਉਹ ਵੀ ਸਭ ਟਾਈਮ ਹੋ ਗਿਆ, ਉਹ ਨਾ ਭੁੱਲਣ ਵਾਲੀ ਚੀਜ਼ ਆ ਜੀ। ਬਿਲਕੁਲ ਜੀ। ਬ੍ਰੇਕ ਦੋਸਤ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਉਂਦੇ ਜੀ, ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਫਿਰ ਤੁਹਾਡੇ ਰੂਬਰੂ ਹੋਣੇ। ਥੈਂਕ ਯੂ ਜੀ।